ਸਾਡਾ ਨਾਂ ਸਰ ਜੀ ਜੱਟੀ, ਅਸੀਂ ਨਾ ਰਾਤ ਇੱਥੇ ਰਹੇ, 2-3 ਸਾਲ ਤੋਂ ਇੱਥੇ ਰਹਿ ਰਹੇ ਹਾਂ। ਸਾਡੇ ਨਾ ਰਾਤੀ ਕੋਈ 12 ਵਜੇ ਦਾ ਟਾਈਮ ਸੀ, ਅਸੀਂ ਸੁੱਤੇ ਸੀ, 2 ਬੱਚੇ ਮੇਰੇ, ਇੱਕ ਮੈਂ ਇਕੱਲੀ ਸੁੱਤੀ ਸੀ, ਦੋ ਬੰਦੇ ਆ, ਇੱਕ ਬਾਹਰ ਖੜ੍ਹਾ ਸੀ, ਇੱਕ ਨੇ ਅੰਦਰ ਪੇਟੀ ਦੇ ਤਾਲੇ ਤੋੜੇ, ਜਿਹੜੇ ਛੇੜ ਹੋਈ ਛੜੂਕਾ ਹੋਇਆ, ਅਸੀਂ ਜਾਗ ਪਏ, ਉੱਥੇ ਮੈਂ ਫੜ ਲਿਆ ਉਹਨੂੰ, ਉਹ ਮੈਂ ਠੰਡੇ ਉੱਠੇ ਕੋਸ਼ਿਸ਼ ਕੀਤੀ, ਉਹਨੂੰ ਬੜਾ ਡੰਡਾ ਫੜ ਕੇ ਮੇਰੇ ਬਾਂਹ 'ਤੇ ਮਾਰਤਾ, ਚੋਟ ਲੱਗ ਗਈ ਮੇਰੇ, ਫਿਰ ਰੌਲਾ ਰਾਲਾ ਪਾਇਆ, ਬੱਚੇ ਨੇ ਫੋਨ ਫਾਨ ਕੀਤਾ, ਫਿਰ ਹੋਰ ਵੀ ਆ ਗਏ ਬੰਦੇ, ਉਹਨੇ ਚਿਰ ਅਸੀਂ ਉਹਨੂੰ ਫੜ ਕੇ ਬੰਨ ਲਿਆ, ਫਿਰ ਉਹ ਕਹਿੰਦਾ ਇੱਕ ਬੰਦਾ ਮੇਰੇ ਨਾਲ ਬਾਹਰ ਹੋਰ ਖੜ੍ਹਾ ਸੀ, ਉਹ ਨੱਠ ਗਿਆ, ਉਹ ਨਹੀਂ ਸਾਡੇ ਹੱਥ ਆ, ਇੱਕੋ ਹੱਥ ਆਇਆ, ਉਹਨੂੰ ਅਸੀਂ ਬੰਨਿਆ, ਫਿਰ ਪੁਲਿਸ ਨੂੰ ਫੋਨ ਕੀਤਾ, ਸਰਪੰਚ ਦੇ ਘਰ ਵੀ ਗਏ ਹਨ, ਚੌਧਰੀਆਂ ਦੇ ਘਰ ਵੀ ਗਏ, ਉਹ ਵੀ ਆਏ, ਸਰਪੰਚ ਨੇ ਵੀ ਫੋਨ ਕੀਤਾ ਪੁਲਿਸ ਨੂੰ, ਫਿਰ ਪੁਲਿਸ ਆਈ, ਉਹਦੀ ਕਾਰਵਾਈ ਕੀਤੀ, ਉਹਨੂੰ ਫੜ ਕੇ ਲੈ ਗਏ, ਰਾਤ ਨੂੰ ਆਈ 12 ਵਜੇ। ਹਾਂਜੀ, ਕਿੰਨੇ ਵਜੇ ਦੀ ਘਟਨਾ ਹੈ ਇਹ? ਰਾਤ 12 ਵਜੇ ਦੀ। ਹਾਂਜੀ, ਸਮਾਨ ਸਮੂਨ ਇੱਕ ਅਸੀਂ ਟਰੈਂਕ ਦਿੱਤਾ, ਉਹ ਪੁਲਿਸ ਨੂੰ ਦਿੱਤਾ, ਉਸ ਨੂੰ ਅਸੀਂ ਚੋਰ ਨੇ ਇੱਥੇ ਫੜ ਲਿਆ, ਉਸਨੇ ਤਾਲੇ ਤੂਲੇ ਤੋੜੇ, ਸਾਡੇ ਸਮਾਨ ਸਮੂਨ ਨਿਕਾਲੇ, ਉਸ ਲਈ ਅਸੀਂ ਉੱਥੇ ਫੜ ਲਿਆ, ਉਹਨੂੰ ਜਾਣ ਨਹੀਂ ਦਿੱਤਾ ਪੁਲਿਸ ਨੇ, ਤਾਂ ਜੇ ਕੁਛ ਜਵਾਬ ਨਹੀਂ ਦਿੱਤਾ ਮੇਰੇ। ਹਾਂਜੀ, ਅਜੇ ਤਾਂ ਕੁਛ ਨਹੀਂ ਕਿਹਾ, ਕੋਈ ਕਾਰਵਾਈ ਨਹੀਂ ਕੀਤੀ। ਨਾ ਕੀ ਮੰਗ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ ਤੋਂ, ਪੁਲਿਸ ਤੋਂ? ਇਹ ਅਸੀਂ ਗਰੀਬ ਬੰਦੇ ਹਾਂ, ਦਿਹਾੜੀਦਾਰ ਬੰਦੇ ਹਾਂ, ਕੋਈ ਰਾਤ ਬਰਾਤ ਸਾਡਾ ਕੋਈ ਪਸ਼ੂ ਖੋਲ ਕੇ ਲੈ ਜਾਏਗਾ, ਕੋਈ ਡੰਗਰ ਖੋਲ ਕੇ ਲੈ ਜਾਏਗਾ, ਕੋਈ ਸਾਨੂੰ ਮਾਰ ਦੇਗਾ, ਤੇ ਅਸੀਂ ਕੀ ਕਰਾਂਗੇ, ਗਰੀਬ ਬੰਦੇ ਹਾਂ। ਜਿਹੜੇ ਬੰਦੇ ਚੋਰੀ ਕਰਨ ਆਏ ਸੀ, ਤਾਂ ਨਾਂ ਕੀ ਸੀ? ਇੱਕ ਦਾ ਨਾਂ ਸਰ ਜੀ ਮਨੀਸ਼, ਉਹ ਗੁਰਦਾਸਪੁਰ ਦਾ ਹੈ, ਇੱਕ ਲਾਗੇ ਦਾ ਹੈ ਬਾਲੂ। ਤੁਸੀਂ ਕੰਪਲੇਂਟ ਕੀਤੀ ਥਾਣੇ ਦੀ? ਹਾਂਜੀ, ਦੋਨਾਂ ਦੀ।